जितना दिया सरकार ने हड़प कर लिया, जितना दिया पंजा पीरा ने उतनी मेरी औकात नहीं है। जितना दिया सरकार ने उतनी मेरी औकात नहीं, मुझ पे रहम क्या आप सब लोगों की, वरना मुझ में ऐसी कोई बात नहीं। पंजा पीरां दे दरबार से बैठे मेरे पीर हज़रत, मातावां भैणां बच्चे बच्चियां, सब तो पहला मेरे वालों आप सब नूं अनगिणत मेला जिहदी कोई गिणती नहीं है। जे असीं क्लब बना के मेला शुरू करिए ना, तो असीं 1 2 3 4 5 6 7 8 9 20 30 40 50 इदां रखदे हां। लेकिन ये जिहड़े फकीरां ने बंदगी कीती है, पंज पीर पंजा दरियावां दी धरती पंजाब, पंजे पांजे किट्ठे हो गए, पंज पीर पंज दरिया ते पंजाब, ते इहदे नाल ही सानूं जिहड़े कलगी वाले पिता ने बख्शिया पंज कक्के। पंजा पीरां दे दरबार ते बैठे हो, ताजदारां दे ना अमीरां दे, बड़ी दुनिया दोस्तों इतने रिच, बड़े रजवाड़े लोग बैठे हैं। सिकंदर वर्गे बादशाह होके चले गए, कौरू वर्गे बादशाह होके चले गए, किसे नु कोई याद नहीं करता, पर पीरां दे दरबार से मेले क्यों लगते हैं कि इन्होंने तप कीता है, बंदगी कीती है। इस करके ताजदारां दे ना अमीरां दे दीवे बलदे सदा, फकीर पंजाबियों के दरबार से बैठी। साडे पंजाब नूं इस गल का माण है कि पंजाब गुरुआं पीरां की धरती है, पंजां पाणियां की धरती है, पंजां दरियावां की धरती है। बड़ा मालक का नजरों करम है साडे उत्ते, बड़ी रहमत है। इस दरबार के मौके बदा मेहर अली राणा जी साहब सपुत्र स्वर्गीय सरदार अली साहब, सो जिन्हां दी बदौलत तरसेम लाल जी, विक्की मान जी यूएसए, सुभाष कलेर जी यूके तो, अमर शहीद संत रामानंद जी महाराज इंटरनेशनल ट्रस्ट ऑस्ट्रेलिया बयाना तो, उन्होंने जेडे इतने उस एसोसिएशन की देख रेख करते हैं, रमेश लाल जी गुराया तो, गुरदीप जी, सुचा राम लंबड़दार जी, अमरीक सिंह जी, जिन्होंने ये अंतरराष्ट्रीय शुरू किया है, ये ऐतां दी एसोसिएशन शुरू की है। कि दोस्तों तुसी बिल्कुल मेरी गल सुन के एप्रीशिएट करोगे, मेरे बलवीर बड़े वीर बलवीर जी बंगड़ साहब यूएसए तो, जिन्हों की बदौलत मैं अज गा रहा, जिन्हों का मैनू हुक्म लग्या कि भाई जी पिंड मठड्डा खुरद के विच जाना दरबार उत्ते गा के आना, सो उन्हां दे हुक्म नूं मैं कदे मोड़िया नहीं। उन्हां दे फादर लॉ के किस पिंड के विच उन्हां दे सहुरे है, उन्हां दे फादर साहब, सारी फैमिली बैठी है, उन्हां सारयां नूं बहुत बहुत बधाईआं है।
ਮੇਰੇ ਸਾਹਮਣੇ ਬੈਠੇ ਸੀ ਆਈ ਸਟਾਫ ਤੋਂ ਲੁਧਿਆਣਾ ਤੋਂ ਸਰਦਾਰ ਮਹਿੰਦਰ ਸਿੰਘ, ਉਹਨਾਂ ਨੂੰ ਵੀ ਵੈਲਕਮ ਕਹਿਣਾ। ਬਲਬੀਰ ਮੇਰਾ ਵੀਰ ਜਿਹੜਾ USA ਬੈਠਾ ਹੈ, ਉਹਨਾਂ ਨੇ ਸੰਤ ਰਾਮਾਨੰਦ ਜੀ ਮਹਾਰਾਜ ਉਹਨਾਂ ਦੇ ਨਾਂ ਦੇ ਉਹਨਾਂ ਦੇ ਹੁਕਮ ਨੂੰ ਮੱਦੇਨਜ਼ਰ ਰੱਖਦਿਆਂ ਇੱਕ ਐਸੋਸੀਏਸ਼ਨ ਬਣਾਈ ਹੈ, ਇੱਕ ਟਰੱਸਟ ਬਣਾਇਆ ਜਿਹੜਾ ਕਿ ਸਿਰਫ ਗਰੀਬਾਂ ਲਈ। ਕੈਸੀ ਗੱਲ, ਜੇ ਕੋਈ ਗਰੀਬ ਨੂੰ ਕੱਪੜੇ ਦੀ ਜ਼ਰੂਰਤ ਹੈ, ਭੈਣੋ ਬੈਠ ਜਾਓ, ਪੈਸੇ ਦੇਣ ਵਾਲਾ ਤਾਂ ਆ ਜਾਓ, ਤੇਲ ਬਹੁਤ ਮਹਿੰਗਾ ਹੋ ਗਿਆ, ਆ ਜਾਓ ਅੱਜ ਮੰਗ। ਇਹ ਬਲਬੀਰ ਫੈਮਿਲੀ ਜਿਹੜੇ ਵੀਰ ਦੀ ਬਦੌਲਤ ਮੈਂ ਗਾ ਰਹੀ, ਇਹਨਾਂ ਨੇ ਤਾਂ ਵੈਸੇ ਹਰ ਜਗ੍ਹਾ ਮੇਰਾ ਬਹੁਤ ਮਾਣ। ਇੱਧਰੋਂ ਆ ਜਾਓ ਸਟੇਜ ਦੇ ਉੱਤੇ ਆ ਜਾਓ, ਨਹੀਂ ਨਹੀਂ ਆਉਣਾ ਪੈਣਾ। ਇਹ ਇੰਟਰਨੈਟ ਦੇ ਉੱਤੇ ਮੇਲਾ ਚੱਲ ਰਿਹਾ ਅਤੇ ਸਾਡੇ ਸੋਢੀ ਸਾਹਿਬ ਮੇਰ ਅਲੀ ਰਾਣਾ ਸਾਹਿਬ ਨੁਕਸੇਬਾਦਾਰ, ਉਹਨਾਂ ਦੇ ਵਾਈਫ ਸਾਹਿਬ ਨੇ ਅਤੇ ਉਹਨਾਂ ਵੱਲੋਂ ਆਸ਼ੀਰਵਾਦ ਮੇਰੇ ਲਈ, ਮੈਂ ਬਹੁਤ ਮਿਹਰਬਾਨੀ। ਇਹ ਬਿਲਕੁਲ ਨੈੱਟ ਦੇ ਉੱਤੇ ਪੂਰੇ ਵਰਲਡ ਦੇ ਵਿੱਚ ਮੇਲਾ ਚੱਲ ਰਿਹਾ ਅਤੇ ਜਿਹੜੇ ਨੈੱਟ ਦੇ ਉੱਤੇ ਜਿਹੜੇ ਉਹਨੂੰ ਹੋਲਡ ਕਰ ਰਹੇ ਨੇ ਸਾਡੇ ਸੋਢੀ ਸਾਹਿਬ ਕੋਟ ਸਦੀਕ ਤੋਂ, ਸੋਢੀ ਸਟੂਡੀਓ ਜੀ ਕੋਟ ਸਦੀਕ ਤੋਂ ਜਲੰਧਰ, ਉਹ ਪੂਰੇ ਵਰਲਡ ਦੇ ਵਿੱਚ ਇਸ ਤਰ੍ਹਾਂ ਮੇਲਾ ਦਿਖਾ ਰਹੇ ਹੈ ਅਤੇ ਮੈਂ ਬਹੁਤ ਬਹੁਤ ਥੈਂਕ ਯੂ, ਮਿਹਰਬਾਨੀ ਜੀ, ਸ਼ੁਕਰੀਆ, ਥੈਂਕ ਯੂ, ਥੈਂਕ ਯੂ। ਇਹ ਤੁਸੀਂ ਆਪਣੇ ਛੋਟੇ ਵੀਰ ਦਾ ਮਾਣ ਕਰ ਰਹੇ ਹੋ, ਮੇਰੇ ਕੋਲ ਆਵਾਜ਼ ਨਹੀਂ ਜਿਹਨਾਂ ਲਫ਼ਜ਼ਾਂ ਨਾਲ ਤੁਹਾਡਾ ਮੈਂ ਥੈਂਕ ਯੂ ਜੀ ਸ਼ੁਕਰੀਆ ਕਰਾਂ, ਬਹੁਤ ਮਿਹਰਬਾਨੀ ਹੈ। ਕਿਉਂਕਿ ਮੇਰੇ ਵੀਰ ਬਲਬੀਰ ਉਹਨਾਂ ਨੇ ਇੱਕ ਐਸੀ ਐਸੋਸੀਏਸ਼ਨ ਬਣਾਈ ਹੈ ਦੋਸਤੋ, ਜਿਹੜੇ ਸਿਰਫ ਗਰੀਬਾਂ ਲਈ ਹੈ, ਜ਼ਰੂਰਤਮੰਦ ਲਈ। ਉਹ ਬੰਦੇ ਦਾ ਚਿਹਰਾ ਮੋਹਰਾ ਵੇਖ ਕੇ ਦੱਸ ਦਿੰਦੇ ਹੈ ਕਿ ਇਹਨੂੰ ਖਾਣੇ ਦੀ ਜ਼ਰੂਰਤ ਹੈ, ਇਹਨੂੰ ਕੱਪੜੇ ਦੀ ਜ਼ਰੂਰਤ ਹੈ, ਇਹਨੂੰ ਰੋਟੀ ਦੀ ਜ਼ਰੂਰਤ ਹੈ, ਜਾਂ ਇਹਨੂੰ ਕਿਹੜੀ ਚੀਜ਼ ਚਾਹੀਦੀ। ਕਿਉਂਕਿ ਸੰਤ ਰਾਮਾਨੰਦ ਜੀ ਮਹਾਰਾਜ ਉਹਨਾਂ ਦੇ ਹੁਕਮ ਨੂੰ ਮੰਨਦਿਆਂ ਉਹਨਾਂ ਨੇ ਇੱਕ ਐਸੀ ਐਸੋਸੀਏਸ਼ਨ ਬਣਾਈ ਹੈ ਜਿਹੜੀ ਪੂਰੇ ਵਰਲਡ ਦੇ ਵਿੱਚ ਇੱਥੇ ਸਾਡੇ ਗੁਰਾਇਆਂ ਤੋਂ ਉਸਨੂੰ ਹੋਲਡ ਕਰ ਰਹੇ ਹਾਂ। ਕੈਸੀ ਗੱਲ ਹੈ, ਮੈਂ ਇਹਦੇ ਲਈ ਇੱਕ ਸ਼ੇਅਰ ਬੋਲਣਾ ਚਾਹਾਂਗਾ ਕਿਉਂਕਿ ਸੰਤ ਕਹਿਣਾ ਸੌਖਾ ਅਤੇ ਸੰਤ ਬਣਨਾ ਬਹੁਤ ਹੈ। ਜੰਗਲਾਂ ਵਿੱਚ ਮੰਗਲ ਕਰ ਦਿੰਦੇ, ਜਿੱਥੇ ਹੋਵੇ ਪਾਸਾ ਸੰਤਾਂ ਦਾ, ਰੱਬ ਨੂੰ ਵੀ ਮੰਨਣਾ ਪੈਂਦਾ ਏ, ਕੀਤਾ ਅਰਦਾਸਾਂ ਸੰਤਾਂ ਦਾ, ਚਾਹ ਪੂਰੀ ਹੋ ਜਾ ਹਰ ਦਿਲ ਦੀ, ਹੋਵੇ ਪ੍ਰਭਾਸਾ ਸੰਤਾਂ ਦਾ, ਪੁੱਟ ਦਿੰਦੇ ਜਿਹੜਾ ਇਹ ਵੰਸ਼ ਦੀਆਂ ਜਿਹੜਾ ਕਰੇ ਤਮਾਸ਼ਾ। USA ਤੋਂ ਜਿਹੜੀ ਇਹ ਐਸੋਸੀਏਸ਼ਨ ਬਣਾਈ ਹੈ ਅਤੇ ਉਹਦੇ ਲਈ ਮੈਂ ਇੱਕੋ ਗੱਲ ਆਖਾਂਗਾ ਕਿ ਮਰ ਜਾਣਾ, ਮੌਤ ਨੇ ਛੱਡਣਾ ਨਹੀਂ, ਮਰ ਜਾਣਾ ਮੌਤ ਨੇ ਛੱਡਣਾ ਨਹੀਂ। ਉਹ ਯਾਰਾ ਕਿਸੇ ਲਈ ਮਰੇ ਤੇ ਤਾਂ ਜਾਣਾ, ਤੇਰਾ ਇਕੱਲੇ ਦਾ ਲੜਨਾ ਬਹਾਦਰੀ ਨਹੀਂ, ਨਾਲ ਦੂਜਿਆਂ ਨੂੰ ਲੜੇ ਲੈ ਕੇ ਤੇ ਤਾਂ ਜਾਣਾ। ਉਹ ਭਲਾ ਚੰਗੇ ਦਾ ਹਰ ਕੋਈ ਕਰਦਾ ਭਲਾ, ਵੱਡੇ ਬੰਦੇ ਤੋਂ ਤਾਂ ਹਰੇਕ ਹੀ ਡਰਦਾ, ਉਹਦੇ ਖਿਲਾਫ ਕਦੇ ਨਹੀਂ ਕੋਈ ਬੋਲਦਾ ਹੁੰਦਾ, ਪਰ ਭਲਾ ਚੰਗੇ ਦਾ, ਤਕੜੇ ਦਾ ਹਰ ਕੋਈ ਕਰਦਾ ਭਲਾ, ਪਰ ਭਲਾ ਬੁਰੇ ਦਾ ਕਰੇ ਤੇ ਤਾਂ ਜਾਣਾ। ਇਹ ਸਾਰੀਆਂ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਸਾਡੇ ਬਲਬੀਰ ਬਾਈ ਜੀ ਹੋਣੀ USA ਤੋਂ, ਜਿਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਮੈਂ ਇੱਕ ਗਾਣਾ ਵੀ ਗਾਇਆ ਸੀ, ਕਰੋ ਗਰੀਬ ਦੀ ਸੇਵਾ, ਸੇਵਾ ਬਿਠਤੀ ਜਾਵੇ। ਕਹਿੰਦੇ ਨੇ ਭੁੱਖੇ ਨੂੰ ਰੋਟੀ ਦੇਣੀ ਚਾਹੀਦੀ ਹੈ, ਉਹ ਰੱਜ ਕੇ ਖਾਏਗਾ, ਸ਼ੁਕਰਗੁਜ਼ਾਰ ਕਰੇਗਾ, ਲੇਕਿਨ ਜੇ ਰੱਜੇ ਨੂੰ ਦੇ ਦਿਉ ਉਹ ਨੱਕ ਬੁੱਲ ਮਾਰ ਕੇ ਖਾਏਗਾ। ਮੈਂ ਸੰਤਾਂ ਦੇ ਲਈ ਸਭ ਤੋਂ ਪਹਿਲਾਂ ਇੱਕ ਚੀਜ਼ ਗਾਣੀ ਚਾਹਾਂਗਾ। ਸੰਤ ਰਾਮਾਨੰਦ ਜੀ ਮਹਾਰਾਜ ਜਿਹੜੇ ਬਹੁਤ ਵੱਡੇ ਸੰਤ ਹੋਏ, ਬੰਦਗੀ ਕੀਤੀ ਹੈ, ਉਹਨਾਂ ਦੀ ਯਾਦ ਦੋਸਤੋ ਉਨਾ ਚਿਰ ਕਾਇਮ ਰਹੇਗੀ ਜਿੰਨਾ ਚਿਰ ਦੁਨੀਆ ਰਹੇਗੀ। ਬਸ ਸੱਚੇ ਦਰਬਾਰ ਦੀ ਜੈ ਬੋਲੋ, ਫਿਰ ਹੱਥ ਖੜੇ ਕਰਕੇ ਬੋਲਣਾ। ਸਰ ਜਿਹਨੂੰ ਦੋ ਹੱਥ ਬਖਸ਼ੇ ਪੰਜੇ ਪੀਰਾਂ ਨੇ ਉਹ ਹੱਥ ਖੜੇ ਕਰੋ, ਜਿਹਨੂੰ ਨਹੀਂ ਹੱਥ ਬਖਸ਼ੇ ਉਹ ਅਗਲੇ ਜਨਮ 'ਚ ਸਹੀ, ਜੇ ਅਗਲੇ ਜਨਮ 'ਚ ਵੀ ਨਾ ਕਰੇ ਤਾਂ ਉਸ ਤੋਂ ਅਗਲੇ 'ਚ ਸਹੀ।
ਪਰ ਜਿਹਦੇ ਕੋਲ ਹਾਲ ਦੀ ਘੜੀ ਹੱਥ ਹੈਗੀ ਉਹ ਹੱਥ ਖੜੇ ਕਰਕੇ ਜਾ ਕਰੋ। ਮਜ਼ਾ ਨਹੀਂ ਆਇਆ ਜਿੰਨੀਆਂ ਫਰਮਾਇਸ਼ਾਂ ਨੇ ਨਾ। ਕੋਈ ਕਹਿੰਦਾ ਬਾਈ ਜੀ ਉਹ ਗਾਣਾ ਜਾਂਦੇ ਹੀ ਲਾ ਦਿਓ, ਸਾਡੀ ਪਿੱਠ ਤੇ ਜਿੰਨੇ ਵਾਰ ਹੋਏ ਸਭ ਕੀਤੇ ਜੀ। ਕੋਈ ਕਹਿੰਦਾ ਉਹ ਗਾਣਾ ਜਾਂਦੇ ਹੀ ਲਾ ਦਿਓ, ਕਾਲੇ ਪਾਣੀ ਵਰਗਾ ਨਹੀਂ ਪਿੰਡ ਲੱਗਦਾ ਸਜਣਾ। ਕੋਈ ਕਹਿੰਦਾ ਬਾਈ ਜੀ ਉਹ ਸੁਣਾ ਦਿਓ ਕਿ ਕਾਲੀ ਗਾਂਧੀ ਮਿੱਤਰਾਂ ਦੀ ਰਾਤੀ ਟੁੱਟ ਗਈ ਨੀਂਦ ਨਾਲ। ਕੋਈ ਕਹਿੰਦਾ ਉਹ ਸੁਣਾ ਦਿਓ। ਹਾਂ ਬਾਈ ਜੀ ਆਓ ਇੱਕ ਮਿੰਟ ਤੁਸੀਂ ਸਾਡੇ ਪਿਓ ਗੁਰਾਇਆਂ ਤੋਂ ਵਿਜਾ ਤੁਰ ਆ। ਥੈਂਕ ਯੂ ਵੀਰ ਬਾਈ ਚਾਹੁੰਦੇ ਰਹੋ ਚਾਹੁੰਦੇ। ਬਾਬਾ ਜੀ ਸਾਰੇ ਤੁਹਾਡੇ ਦਰ 'ਤੇ ਹਾਜ਼ਰੀ ਲੱਗ ਰਹੀ, ਇੱਧਰ ਆ ਜਾਓ ਜੀ, ਉੱਧਰ ਨੂੰ ਮੂੰਹ ਕਰ ਦਿਓ। ਮੈਂ ਤੁਹਾਨੂੰ ਵੈਸੇ ਇੰਟਰੋਡਿਊਸ ਕਰਾ ਦਿੰਦਾ ਲੋਕਾਂ ਨੂੰ। ਓਕੇ, ਜਿਹੜੇ ਗੁਰਾਇਆਂ ਤੋਂ ਮੇਰੇ ਵੀਰ ਇਸ ਸੰਸਥਾ ਦੇ ਨਾਲ ਜੁੜੇ ਆ, ਹਰਮੇਸ਼ਰਾ ਜੀ ਗੁਰਾਇਆਂ ਤੋਂ, ਗੁਰਦੀਪ ਜੀ, ਲੰਬੜਦਾਸ ਸਾਹਿਬ, ਅੰਮ੍ਰਿਤ, ਇਹਨਾਂ ਸਾਰਿਆਂ ਨੂੰ ਮੈਂ ਵਧਾਈ ਦਿੰਦਾ ਇਸ ਸੰਸਥਾ ਦੇ ਨਾਲ ਜੁੜੇ ਹਾਂ ਔਰ ਗਰੀਬਾਂ ਦੀ ਸੇਵਾ ਲਈ ਤਿਆਰ। ਅਤੇ ਇਹਨਾਂ ਦੇ ਵੱਲੋਂ ਆ ਇੱਕ ਨਿਸ਼ਾਨੀ ਸ਼ੁਰੂਆਤ ਦੇ ਵਿੱਚ ਆ ਜਾਓ ਬਾਈ ਜੀ, ਤੁਸੀਂ ਫੋਟੋ ਖਿੱਚੋ, ਬਹੁਤ ਮਿਹਰਬਾਨੀ, ਜ਼ੋਰਦਾਰ ਤਾੜੀ। ਥੈਂਕ ਯੂ ਸਰ, ਤੁਹਾਡੀ ਸੰਸਥਾ ਨੂੰ ਹਮੇਸ਼ਾ ਸੰਸਥਾ ਦਾ ਆਸ਼ੀਰਵਾਦ ਲਓ, ਕਿਉਂਕਿ ਮੈਂ ਪਹਿਲੀ ਜਿਹੜੀ ਚੀਜ਼ ਹੈ ਸਾਡੇ ਵਿਜੇ ਬਾਈ ਸਾਹਿਬ ਜਿਹੜੇ ਇੱਥੇ ਹੋਲਡ ਕਰਦੇ ਆ ਸਾਰੀ ਗੱਲਬਾਤ ਨੂੰ। ਆ ਜਾਓ ਸਾਹਮਣੇ ਆ ਜਾਓ, ਬਹੁਤ ਮਿਹਰਬਾਨੀ, ਥੈਂਕ ਯੂ। ਮੇਰਾ ਵੀਰ